ਸ਼ਾਹਿਦ ਇਕਬਾਲ ਉਹ ਘੁੱਡੇ ਦਾ ਨਾਂ ਹੁੰਦਾ ਪਿਆ ਤਿੰਨ ਬੰਦਿਆਂ ਦਾ ਨਹੀਂ ਨਹੀਂ ਚੌਥਾ ਮੀਆਂ ਮੀਰ ਉਹ ਰਮਾਨ ਨਾ ਬੈ ਅਗਲਾ ਕਹਿ ਰਿਹਾ ਰਿਕਾਰਡਿੰਗ ਹੋਈ ਉਹਦੀ ਉਹ ਕਹਿ ਰਿਹਾ ਮੈਨੂੰ ਘੁੱਡੇ ਦਾ ਫੜਾਇਆ ਫਲਾਣੇ ਫਲਾਣੇ ਬੰਦੇ ਨੇ ਚੋਰ ਬੰਦੇ ਕੱਢਦੇ ਨੇ ਕਲਬੋ ਇਹਦੇ ਮੋਬਾਈਲ ਵੀ ਚੁੱਕਦੇ ਰਹੇ ਨੇ ਤੇ ਟਰੈਕ ਸੂਟ ਚੁੱਕਦੇ ਰਹੇ ਮੈਮਰੀ ਕਾਰਡ ਬੱਲੇ ਉਹ ਪਹਿਲੇ ਦੱਸ ਦਾ ਬੱਲਿਆਂ ਵੀ ਰਿਕਾਰਡ ਕਰਾਉਣਾ ਨਾਲ ਰੱਜੋ ਅੱਜ ਲਈ ਸਿਗਨਲ ਕੀਤਾ ਸੱਸ ਆਪਣੀਆਂ ਧੀਆਂ ਨੀ ਕਰੇਗੀ ਸਿਫਾਰਿਸ਼ ਮਾਵਾਂ ਬੱਚੇ ਖਾਣ ਘਰ ਨੀ ਚੱਲ ਬਾਬੇ ਨੂੰ ਨੀਂਦ ਆ ਰਹੀ ਭੈਣ ਇੰਜੋਏ ਹੋ ਰਿਹਾ ਯੂਟਿਊਬ ਤੇ ਸੁੱਟਦੇ ਨੀ ਜਦੋਂ ਕੁਛ ਵੀ ਫਰਮਾਓ ਬੜੇ ਦਿਨ ਕਪਤਾਨ ਨੇ ਜ਼ਿਆਦਤੀ ਹੋਣੀ ਮਲਕ ਸਾਹਿਬ ਕੋਲ ਜਾਏਗੀ ਮਲਕ ਸਾਹਿਬ ਛੱਡ ਦੇ ਮੈਂ ਨੀ ਮਲਕ ਛੱਡਦਾ ਬੜੀ ਦਰਮਦਾਰੀ ਕਰ ਰਹੀ ਹੈ ਬਾਬਾ ਥੋੜੀ ਰੋਸ਼ਨੀ ਆਈ ਕੀ ਤੇਰੇ ਕੋਲ ਨੀ ਹੋਣ ਵਾਲੀ ਭੈਣ ਸਾਨੂੰ ਜੋ ਵੀ ਕਹਿਣਾ ਮਾਈਕ ਮੈਂ ਗਏ ਡਿਊਟੀ ਜੀਓ ਨੀ ਜੀਓ ਨੀ ਜਿਨਕੀ ਅਭੀ ਤੱਕ ਬੈਟਿੰਗ ਨਹੀਂ ਆਈ ਉਨਕੇ ਮੂੰਹ ਕੇ 10 ਸਾਲ ਦੇਖਤੇ ਹੈ ਇੱਕ ਦੋ ਤਿੰਨ ਚਾਰ ਆਪਣਾ ਕੈਮਰਾ ਕਰਦਾ ਲੈ ਕੇ ਕੈਮਰਾ ਦਾ ਵੀਡੀਓ ਮੈਂ ਬਣਾਉਂਦਾ ਯਾਰ ਇੱਕ ਮਿੰਟ ਯਾਰ ਅਸ਼ੋਕ ਭਾਈ ਨਾਦਰੀਨ ਯੇ ਹਮਾਰੀ ਤਰੰਬਰਾ ਕਲੱਬ ਕੇ ਪ੍ਰੋਪਗੈਂਡਾ ਸੈਕਟਰੀ ਹੈ ਤੇ ਅੱਡੀ ਚਾਬੀ ਉਹਦੇ ਕੋਲ ਹੈਗੀ ਗੱਡੀ ਦੀ ਚਾਬੀ ਨਹੀਂ ਹੈਗੀ ਕਲੱਬ ਦਾ ਖਾਲੀ ਗੱਡੀ ਲਾ ਦੇ ਯਾਰ ਯੇ ਹਮਾਰੇ ਮੀਆਂ ਮਨੀਰ ਸਾਹਿਬ ਹੈ ਵਿੱਕੀ ਲੀਗ ਦਰਮੁਰਾ ਕਲੱਬ ਕੇ ਮੋਸਟ ਸੀਨੀਅਰ ਪੀਰ ਬਘਾੜਾ ਸੇ ਮਿਲਤੇ ਹੈ ਬਸ ਅਬ ਮੇਰੀ ਉਮਰ ਹੋਈ ਹੈ ਜਬ ਪਹਿਲਾਂ ਤਾਂ ਜਵਾਨ ਥਾ ਕੋਈ ਬਾਤ ਨਹੀਂ ਕਰਤਾ ਥਾ ਅਬ ਹਰ ਕੋਈ ਆਗੇ ਬੇਇੱਜ਼ਤੀ ਕਰਤਾ ਹੈ ਕਿਆ ਕਰੇ ਅਬ ਜ਼ਿੰਦਗੀ ਤੇ ਕਿਆ ਲੈਣਾ ਹੈ ਯਾ ਅੱਲਾ ਮੌਤ ਦੇ ਅੱਛਾ ਉਸ ਦੀ ਜਗ੍ਹਾ ਵੀ ਕੋਈ ਨਹੀਂ ਉਹ ਪਿਆਰ ਲੋ ਜੀ ਹੁਣ ਬਿਆਨ ਹੋ ਗਈ ਕੋਈ ਕਿਹੜਾ ਕੋਈ ਮਾਰ ਆਓ ਜੀ ਕਿਧਰ ਆਂ ਜੀ ਦਰਮਪੁਰਾ ਕਲੱਬ ਕੇ ਰਹਿਮਾਨ ਮਲਕ ਸੇ ਮਿਲਤੇ ਹੈ ਯੇ ਨਾਲ ਬਾਬਰ ਵਾਲ ਵੀ ਬੈਠਾ ਹੈ ਉਹ ਨਹੀਂ ਇਹ ਬਾਬਰ ਵਾਲ ਗਈ ਹਮ ਤੋ ਫਿਰ ਆਏਗਾ ਲਾਬਾ ਕਰੇ ਧਰਮਪੁਰਾ ਕਲੱਬ ਕੇ ਚੋਰੋਂ ਕੋ ਬਾਤ ਕਰਤਾ ਹੈ ਮੈਂ ਸੱਚਾ ਦੇਵ ਸ਼ਾਹਿਦ ਇਕਬਾਲ ਉਹ ਤੀਸਰਾ ਬੰਦਾ ਵੀ ਸਾਹਮਣੇ ਆ ਜਾਏਗਾ ਓਕੇ ਤੀਸਰਾ ਬੰਦਾ ਕਿਹੜਾ ਹੈ ਉਹ ਦੱਸਾਂਗੇ ਮੀਆਂ ਮਨੀਰ ਨੂੰ ਪਤਾ ਹੈ ਆਹ ਜੀ ਅੱਗੇ ਆਓ ਇਹਨੂੰ ਤਾਂ ਕਾਕਾ ਓਏ ਇਹਨੂੰ ਟੀਵੋ ਬਹੁਤ ਕਰਦਾ ਓਏ ਮਾਰ ਜੰਮੇ ਨਹੀਂ ਲਾਲ ਓਏ ਟੀਵ ਖੋਤਾ ਕਰ ਰਹੇ ਓਏ ਅੱਗੇ ਆ ਜਾ ਆਵੇ ਆਈਏ ਅਬ ਆਪਕੋ ਮਿਲਾਤੇ ਹੈ ਧਰਮਪੁਰਾ ਕ੍ਰਿਕਟ ਕਲੱਬ ਕੇ ਨਦੀਬ ਕੋਸਾ ਲੇਕਿਨ ਨਦੀਬ ਕੋਸਾ ਨਹੀਂ ਉਹ ਕੀ ਸੀ ਰਾਣਾ ਸੁਣਾਓ ਨਾ ਰਾਣਾ ਸੁਣਾਓ ਨੇ ਮੂੰਹ ਚ ਕਟਵਾ ਲਈ ਹੈ ਇਹ 2012 ਮਾਡਲ ਹੈ ਰਾਣਾ ਸੁਣਾਓ ਲਗਾ آج کہہ رہے ہیں کہ آپ کے تاثرات عجیب سے لگ رہے ہیں آج بڑے بڑے برج الٹے گئے ویسے ہیں جی میں بتاتا ہوں السلام علیکم جی ہاں
मसला ये है भाई जान, बुर्ज का मसला नहीं है, मसला सीधा उखलो शहर बाबा बड़ा चला गया। चलो चलो अच्छा, बात ये भाई उठी बोलो बात नहीं है। बात ये है भाई जान, असल बात ये है, बुर्ज की बात नहीं है, 15 बंदे आए हैं, मैं मुझे बताए कि मैं मार देता हूँ। नहीं आप एक काम करो, दरख्त पे चढ़ जाए। नहीं मुझे बताएं मैं क्या करूँ। नहीं आप क्या करेंगे ये बताएं, 15 मुंडे हैं, अब आप क्या करेंगे? आप उसमें सोचे हम आते हैं कुछ काल इंशाल्लाह, आप सोचे हम आते हैं, आप सोचे तो अपने पास सामान छोटा करेंगे, अपना सामान बहुत बड़ा वो बैगा। नाज़रीन ये हमारा मैच हो रहा है, दाहर कदीर भट्ट साहब बड़े मायनात क्रिकेट खेल रहे हैं, और ये हमारी धर्मपुरा क्लब के ओपनर ओपनर बोतल खोलने वाला। तेनू कहता ही कुछ नहीं कहो। नहीं नहीं कुछ कहेगा, आज नोट कराता है आज ये अपना जो बारी के ख्याल से, क्योंकि ये हर मैच में 150 करते हैं आज, और मशूक को भी बता दिया है, और मशूक को भी 150 बता दिया है, इनसे पूछे जरा, इनसे वो हमारे कप्तान कह रहे हैं कि तो थोड़ी ना पीर भगाड़ा साहब, पीर भगाड़ा साहब नहीं नहीं धनपुरा क्लब के सेक्रेटरी पीर भगाड़ा साहब। नहीं नहीं एक मिनट दोबारा, इत्तेशाम बेटा आपने अपने आउट होने की सलाह किसने की है? हाँ जी इत्तेशाम भाई देखे जी एज यूजुअल जो हर दफ़ा की मेरी परफॉर्मेंस की वजह से जो एज यूजुअल हर लड़की को पता है जैसा कि मैं 150 कर देता हूँ, तो इस दफ़ा भी मुझे बताने की नहीं, इस दफ़ा उनको ये बताना था कि बारादरी में आई नहीं है, इस दफ़ा बाहर निकले हैं थोड़ा सा।